ਅੱਜ ਰਾਜਪੁਰਾ ਸਥਾਨਕ ਮਹਾਵੀਰ ਮੰਦਿਰ ਵਿੱਚ ਨਿਊ ਅਨਾਜ ਮੰਡੀ ਦੀਆਂ NGM ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਦ ਦੀਆਂ ਚੋਣਾਂ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਪੁਲਿਸ ਸੁਰੱਖਿਆ ਦੇ ਵਿੱਚ ਸਮਾਪਤ ਹੋਈਆਂ ਨੇ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਅਤੇ ਮੈਂਬਰ ਨੇ ਦੱਸਿਆ ਕਿ ਇਸ ਚੋਣ ਮੁਕਾਬਲੇ ਵਿੱਚ 4 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ ਗਏ ਸਨ। 21 ਮਾਰਚ 2022 ਸੋਮਵਾਰ ਕੋ NGM ਵੈਲਫੇਅਰ ਸੁਸਾਇਟੀ ਰਾਜਪੁਰਾ ਦੇ ਹਮਾਰੇ ਅਧਿਕਸ਼ ਪਦ ਕੇ ਚੁਣਾਵ ਮੇਂ ਜੋ ਕਿ ਬੜੇ ਸ਼ਾਂਤੀਪੂਰਵਕ ਸੁਧਾਰ ਮੇਂ ਸੰਪੰਨ ਹੋਏ, ਉਸਮੇਂ ਸ਼੍ਰੀ ਰੁਪਿੰਦਰ ਸਿੰਘ, ਸਰਦਾਰ ਰੁਪਿੰਦਰ ਸਿੰਘ ਰੂਪੀ, ਉਹ 103 ਵੋਟ ਪੜੇ। ਹਮਾਰੇ ਭਾਈ ਦਵਿੰਦਰ ਸਿੰਘ ਜੀ ਕੋ 99 ਵੋਟ ਪੜੇ। ਇੱਕ ਵੋਟ ਕੈਂਸਲ ਕੀਆ ਗਿਆ, ਉਸ ਪਰ ਕਹੀਂ ਕਿਸੀ ਪਰ ਮੋਹਰ ਨਹੀਂ ਲਗੀ ਹੋਈ ਸੀ, ਔਰ ਦੋ ਭਾਈ ਵੋਟ ਡਾਲਨੇ ਨਹੀਂ ਪਾਏ। ਇਸ ਲਈ ਭੁਪਿੰਦਰ ਸਿੰਘ ਰੂਪੀ ਜੀ ਕੋ 4 ਵੋਟੋਂ ਸੇ 1 ਸਾਲ ਕੇ ਲੀਏ ਸੰਸਥਾ ਕਾ ਪ੍ਰਧਾਨ ਘੋਸ਼ਿਤ ਕੀਆ ਗਿਆ। ਟੋਟਲ ਕਿੰਨੇ ਵੋਟ ਸੀਗੇ ਜੀ? 205 ਟੋਟਲ ਵੋਟ ਸੀ ਜੀ। ਅਤੇ ਇਹਨਾਂ ਦੇ ਹੱਕ ਦੇ ਵਿੱਚ ਕਿੰਨੇ ਪਏ? 2 ਵੋਟ ਸਰ ਡਾਲਨੇ ਨਹੀਂ ਆਏ, 1 ਰੱਦ ਹੋ ਗਿਆ। 103 ਵੋਟ ਰੂਪੀ ਜੀ ਕੋ ਪੜੇ ਹੈ, 99 ਵੋਟ ਦਵਿੰਦਰ ਜੀ ਕੋ ਪੜੇ। ਪਰ ਰੁਪਿੰਦਰ ਰੂਪੀ ਜੀ ਤੁਸੀਂ 2 ਸਾਲ ਦਾ ਜਿਹੜਾ ਕਾਰਜਕਾਲ ਰੱਖਿਆ ਸੀ ਜਿਹੜੀ ਤੁਹਾਡੀ ਮੀਟਿੰਗ ਹੋਈ ਜੀ, ਅੱਜ 1 ਸਾਲ ਦਾ ਕਹਿ ਰਹੇ ਹੋ ਕਾਰਜਕਾਲ ਕੀ ਹੈ ਦਾ? ਇਸ ਵੈਲਫੇਅਰ ਸੁਸਾਇਟੀ ਦੀ ਕੋਈ ਮੀਟਿੰਗ ਨਹੀਂ ਹੋਈ ਸੀ, ਔਰ ਪਹਿਲਾ ਹੀ ਚੁਣਾਵ ਹੈ, ਔਰ ਪਹਿਲਾ ਹੀ ਉਹਨੇ ਕਾਰਜਕਾਲ 1 ਸਾਲ ਦਾ ਰੱਖਿਆ। ਇਸ ਸੁਸਾਇਟੀ ਕੀ ਪਹਿਲੇ ਕਦੇ ਮੀਟਿੰਗ ਨਹੀਂ ਹੋਈ। ਨਵੀਂ ਬਣੀ NGM ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਦ ਦੀਆਂ ਚੋਣਾਂ ਦਾ ਐਲਾਨ ਮੁੱਖ ਚੋਣ ਅਧਿਕਾਰੀ ਰਜਿੰਦਰ ਕੁਮਾਰ ਅਤੇ ਮੈਂਬਰ ਰਾਜੀਵ ਕੁਮਾਰ ਵੱਲੋਂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿੱਤੇ ਹੋਏ ਉਮੀਦਵਾਰ ਰੁਪਿੰਦਰ ਰੂਪੀ ਦਾ ਇਸ ਮੌਕੇ ਤੇ ਨਿਊ ਅਨਾਜ ਮੰਡੀ ਵਿੱਚ ਨਵੀਂ ਬਣੀ NGM ਵੈਲਫੇਅਰ ਸੁਸਾਇਟੀ ਦੇ ਨਵੇਂ ਪ੍ਰਧਾਨ ਰੁਪਿੰਦਰ ਰੂਪੀ ਨੇ ਕਿਹਾ ਹੈ ਕਿ ਇਹ ਜਿੱਤ ਸਮੂਹ ਆੜਤੀ ਭਾਈਚਾਰੇ ਦੀ ਹੈ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਭਾਰਤੀ ਭਾਈਚਾਰੇ ਦੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਆਪਣੇ ਭਾਈਚਾਰੇ ਦਾ, ਸਮੂਹ ਆੜਤੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਅੰਦਰ ਇੰਨਾ ਵਿਸ਼ਵਾਸ ਜਿਤਾਇਆ। ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ। ਰੂਪੀ, ਤੁਸੀਂ ਪ੍ਰਧਾਨ ਚੁਣੇ ਗਏ ਹੁਣ, ਕੀ ਤੁਸੀਂ ਸਭ ਤੋਂ ਪਹਿਲਾਂ ਸੰਸਥਾ ਬਾਰੇ ਕੀ ਕੰਮ ਸੋਚਿਆ ਜੀ ਕਰਨ ਵਾਸਤੇ? ਦੇਖੋ, ਸੰਸਥਾ ਸਾਡੀ ਇਹ ਪਹਿਲਾ ਚੁਣਾਵ ਹੋਇਆ ਸੰਸਥਾ ਦਾ, ਇਹ ਸਾਡੀ ਦਾ ਬੇਸਿਕਲੀ ਮੰਡੀ ਦੇ ਕੰਮ ਔਰ ਵੈਲਫੇਅਰ ਦੇ ਨਾਲ ਰਿਲੇਟਡ ਕੰਮ ਸਾਰੇ ਭਰਾਵਾਂ ਨੂੰ ਨਾਲ ਲੈ ਕੇ, ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਵੈਲਫੇਅਰ ਦੇ ਕੰਮ ਹੈ ਜਾਂ ਜਿਹੜੇ ਮੰਡੀ ਦੇ ਕੰਮ ਹੈ, ਅਸੀਂ ਸਾਰੇ ਸੁਚਾਰੂ ਢੰਗ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਕਿੰਨੇ ਸਾਲ ਵਾਸਤੇ ਬਣੇ ਸੀ? 1 ਸਾਲ ਵਾਸਤੇ ਅਟੈਂਡਰ ਸੀ। ਹਾਂਜੀ, ਤੁਹਾਡੇ ਨਾਲ ਜਿਹੜੇ ਆ 2-4 ਕੈਂਡੀਡੇਟ ਸੀਗੇ ਟੋਟਲ, ਔਰ 2 ਕੈਂਡੀਡੇਟ ਤੁਹਾਡੀ ਫੇਵਰ ਦੇ ਵਿੱਚ ਮਤਲਬ ਕਿ ਆ ਗਏ, ਹੁਣ 2 ਦਾ ਚੁਣਾਵ ਸੀਗਾ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਵਿੱਚ ਜਿਹੜੇ ਤੁਹਾਨੂੰ ਜਿਹਨਾਂ ਨੇ ਹਮਾਇਤ ਦਿੱਤੇ ਗਏ? ਦੇਖੋ, ਇਹ ਜਿਹੜੀ ਮੈਂ ਕਹਿੰਦਾ ਜਿੱਤ ਹੈ, ਇਹ ਭਾਈਚਾਰੇ ਦੀ ਜਿੱਤ ਹੈ ਸਾਡੇ, ਜੋ ਸਾਡੇ ਇੱਥੇ ਕਈ ਵਾਰ ਤੌਮਤਾਂ ਵੀ ਲੱਗਦੇ ਰਹੀਆਂ ਕੋਈ ਕਿਹੜੀ ਜਾਤ ਦਾ ਜਾਂ ਬਰਾਦਰੀ ਦਾ, ਇਹ ਮੈਂ ਸਮਝਦਾ ਭਾਈਚਾਰੇ ਦੀ ਜਿੱਤ ਹੈ, ਸਾਡੀ ਸਾਰਿਆਂ ਦੀ ਜਿੱਤ ਹੈ, ਇਹ ਸਾਡੀ ਐਸੋਸੀਏਸ਼ਨ ਦੀ ਜਿੱਤ ਹੈ, ਇਹ ਸਾਡੇ ਵੈਲਫੇਅਰ ਦੀ ਜਿੱਤ ਹੈ ਸਾਡੀ ਸੁਸਾਇਟੀ। ਕਿਹੜੇ ਆਦਮੀ ਰਹਿ ਗਏ ਹੈ ਐਸੋਸੀਏਸ਼ਨ ਦੇ ਵਿੱਚ ਤੁਹਾਡੇ ਕੋਲ ਨਹੀਂ ਹੈ, ਉਹਨਾਂ ਨੂੰ ਵੀ ਨਾਲ ਤੁਸੀਂ ਲੈ ਕੇ ਚਲੋਗੇ? ਬਿਲਕੁਲ, ਦੇਖੋ ਸਾਡਾ ਸਾਰਾ ਭਾਈਚਾਰਾ ਹੈ, ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਾਡੀ ਇਹ ਐਸੋਸੀਏਸ਼ਨ ਹੈ ਜਾਂ ਜਿਹੜਾ ਸਾਡਾ ਭਾਈਚਾਰਾ ਇਕੱਠਾ ਰਹੇ, ਇਕਮੁੱਠ ਰਹੇ, ਤਾਂ ਜੋ ਅਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਅੱਛੀ ਪਰਫਾਰਮੈਂਸ ਦੇ ਸਕੀਏ, ਚੰਗੀ ਜਗ੍ਹਾ ਕੰਮ ਕਰ ਸਕੀਏ। ਰਾਜਪੁਰਾ ਤੋਂ ਗੁਰਪ੍ਰੀਤ ਧੀਮਾਨ ਦੀ ਰਿਪੋਰਟ, ਐਕਸ਼ਨ ਪੰਜਾਬ ਨਿਊਜ਼।
ਹੋਵੇ।